नमस्कार, मैं हूँ मारिया अजीज और आप देख रहे हैं मेरे साथ पीपीटी न्यूज। नशा तस्करों के खिलाफ सरकार की मुहिम के तहत पुलिस विभाग सख्त होता दिखाई देने लगा। वहीं जिला गुरदासपुर में पुलिस अफसर लोगों से मीटिंग करके उन्हें कहते दिखाई दिए कि वे थाने में या पुलिस अफसर के पास किसी नशा तस्कर की सिफारिश लेकर नहीं आई, क्योंकि नशा तस्करी और नशा बेचने के मामले में पुलिस किसी को नहीं। ਅਫਿਸਰ ਨੇ ਸੀਨੀਅਰ ਅਧਿਕਾਰੀ ਨੇ ਪੰਜਾਬ ਸਰਕਾਰ ਦੇ ਹੁਕਮ ਤਾਂ ਹੋਏ ਸਾਰੇ ਐਂਟੀ ਡਰੱਗ ਡਰਾਈਵ ਚਲਾਈ ਗਈ ਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਨਸ਼ਿਆਂ ਦੇ ਜਿਹੜੇ ਬੁਰੇ ਪ੍ਰਭਾਵ ਆ ਉਹਨਾਂ ਬਾਰੇ ਦੱਸਣ ਵਾਸਤੇ ਸਾਰੇ ਅਸੀਂ ਆਪਣੇ ਪੀ ਐੱਸ ਥਾਣਾ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ ਕਰ ਰਹੇ ਨੇ, ਸੈਮੀਨਾਰ ਕਰ ਰਹੇ ਹਾਂ। ਅਤੇ ਇਸ ਕਰਕੇ ਇਹ ਇੱਕ ਜ਼ਿਲ੍ਹੇ 'ਚ ਇੱਕ ਸਬ ਡਿਵੀਜ਼ਨ 'ਚ ਇਹ ਘੱਟੋ ਘੱਟ ਅਸੀਂ ਥਾਣਾ ਵਾਈਜ਼ ਵੀ 10-10 ਸੈਮੀਨਾਰ ਕਰਵਾਵਾਂਗੇ। ਸਿਰਫ ਇਸੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ, ਜਿਹੜੀ ਸਾਨੂੰ ਪੁਲਿਸ ਨੂੰ ਹੈਲਪ ਦੇਣ ਵਾਸਤੇ ਵੀ ਜੇ ਕੋਈ ਮਾੜਾ ਚੰਗਾ ਕੰਮ ਕਰਦਾ ਵਾ ਸਾਨੂੰ ਇਨਫੋਰਮ ਕਰਨ, ਅਸੀਂ ਉਹਨੂੰ ਆਪਣੇ ਲੈਵਲ 'ਤੇ ਜਿਸ ਤਰ੍ਹਾਂ ਦਾ ਵੀ ਹੈਗਾ ਵਾ ਕੋਈ, ਜੇ ਕੋਈ ਨਸ਼ਾ ਪੀਂਦਾ ਵਾ ਜਾਂ ਕੋਈ ਵੇਚਦਾ ਵਾ, ਜਿਹੜੇ ਤਰੀਕੇ ਦਾ ਕੋਈ ਕ੍ਰਾਈਮ ਕਰਦਾ ਉਸ ਤਰੀਕੇ ਨਾਲ ਆਪਣੇ ਟੈਕਲ ਕਰਾਂਗੇ।